ਸਤਿ ਸ਼੍ਰੀ ਅਕਾਲ ਦਰਸ਼ਕੋ, ਅੱਜ ਦਾ ਸਾਡੀ ਚਰਚਾ ਦਾ ਵਿਸ਼ਾ ਵਿਟਰੀਫਿਕੇਸ਼ਨ ਹੈ। ਵਿਟਰੀਫਿਕੇਸ਼ਨ ਯਾਨੀ ਕਿ ਐਮਬਰੀਓ ਫਰੀਜ਼ਿੰਗ, ਇਹ ਇੱਕ ਇਸ ਤਰ੍ਹਾਂ ਦੀ ਟੈਕਨੀਕ ਹੈ ਜਿਹਦੇ ਵਿੱਚ ਅਸੀਂ ਐਮਬਰੀਓਜ਼ ਨੂੰ ਫਰੀਜ਼ ਕਰਕੇ ਹਮੇਸ਼ਾ ਲਈ ਆਪਣੇ ਕੋਲ ਰੱਖ ਸਕਦੇ ਹਾਂ। ICMR ਗਾਈਡਲਾਈਨਸ ਦੇ ਹਿਸਾਬ ਨਾਲ 5 ਸਾਲ ਤੱਕ ਹੀ ਫਰੀਜ਼ਿੰਗ ਅਲਾਊਡ ਹੈ, ਪਰ ਇਹ ਹਮੇਸ਼ਾ ਜਦ ਤੱਕ ਲਿਕੁਇਡ ਨਾਈਟ੍ਰੋਜਨ ਵਿੱਚ ਐਮਬਰੀਓਜ਼ ਪਏ ਰਹਿੰਦੇ ਹਨ, ਇਹ ਹਮੇਸ਼ਾ ਲਈ ਫਰੋਜ਼ਨ ਰਹਿੰਦੇ ਹਨ। ਵਿਟਰੀਫਿਕੇਸ਼ਨ ਇੱਕ ਇਸ ਤਰ੍ਹਾਂ ਦੀ ਟੈਕਨੀਕ ਹੈ ਜੋ ਇੱਕ ਰੈਪਿਡ ਮੈਥਡ ਹੈ। ਪਹਿਲੇ ਟਾਈਮਸ ਵਿੱਚ ਸਲੋ ਫਰੀਜ਼ਿੰਗ ਜਾਂ ਕੁਛ ਟਾਈਮ ਲਗਾ ਕੇ ਐਮਬਰੀਓਜ਼ ਫਰੀਜ਼ ਕੀਤੇ ਜਾਂਦੇ ਸਨ, ਹੁਣ ਵਿਟਰੀਫਿਕੇਸ਼ਨ ਜਾਂ ਫਿਰ ਰੈਪਿਡ ਫਰੀਜ਼ਿੰਗ ਬਹੁਤ ਤੇਜ਼ ਹੀ ਐਮਬਰੀਓਜ਼ ਨੂੰ ਫਰੀਜ਼ ਕਰ ਦਿੰਦੀ ਹੈ। ਇਸ ਦੇ ਪਿੱਛੇ ਕੁਛ ਫੰਡਾਮੈਂਟਲਸ ਹਨ ਜੋ ਸਮਝਦੇ ਹਨ। ਪਾਣੀ ਜਿਹੜਾ ਹੈ ਜਿਹਨੂੰ ਅਸੀਂ ਫਰੀਜ਼ ਕਰਦੇ ਹਾਂ ਤਾਂ ਉਹਦੇ ਵਿੱਚ ਕ੍ਰਿਸਟਲ ਬਣਨ ਦਾ ਫੀਅਰ ਰਹਿੰਦਾ ਹੈ, ਕ੍ਰਿਸਟਲ ਨਾਲ ਸੈੱਲ ਜਿਹੜਾ ਹੈ ਉਹ ਡੈੱਡ ਹੋ ਜਾਂਦਾ ਹੈ। ਪਰ ਐਮਬਰੀਓਜ਼ ਦੇ ਅੰਦਰ ਜਿਹੜਾ ਪਾਣੀ ਹੁੰਦਾ ਹੈ ਉਸਨੂੰ ਕੱਢ ਕੇ ਉਸਨੂੰ ਰਿਪਲੇਸ ਕਰ ਦਿੱਤਾ ਜਾਂਦਾ ਹੈ ਇੱਦਾਂ ਦੇ ਫਲੂਇਡ ਨਾਲ ਜਿਹਦੇ ਫਰੀਜ਼ਿੰਗ ਹੋਣ ਨਾਲ ਜਾਂ ਜਿਹਦਾ ਫਰੀਜ਼ਿੰਗ ਪੁਆਇੰਟ ਬਹੁਤ ਲੋਅ ਹੁੰਦਾ ਹੈ ਔਰ ਜਿਹਦੇ ਫਰੀਜ਼ ਹੋਣ ਨਾਲ ਸੈੱਲ ਦੇ ਉੱਤੇ ਕੋਈ ਡੈਮੇਜ ਨਹੀਂ ਹੁੰਦਾ। ਸੋ ਐਮਬਰੀਓਜ਼ ਨੂੰ ਇੱਕ ਇਸ ਤਰ੍ਹਾਂ ਦੇ ਮੀਡੀਆ ਵਿੱਚ ਪਾਇਆ ਜਾਂਦਾ ਹੈ ਜਿਸ ਵਿੱਚ ਉਹਨਾਂ ਦਾ ਪਾਣੀ ਨਿਕਲ ਕੇ ਔਰ ਇੱਕ ਹੋਰ ਫਲੂਇਡ ਉਹਨਾਂ ਦੇ ਅੰਦਰ ਚਲਾ ਜਾਂਦਾ ਹੈ, ਜਿਸ ਨੂੰ ਜਦੋਂ ਅਸੀਂ ਫਰੀਜ਼ ਕਰਦੇ ਹਾਂ ਤਾਂ ਕ੍ਰਿਸਟਲ ਫੋਰਮੇਸ਼ਨ ਨਹੀਂ ਹੁੰਦੀ ਔਰ ਐਮਬਰੀਓਜ਼ ਜਿਹੜੇ ਹੈਗੇ ਉਹਨਾਂ ਦੇ ਸੈੱਲ ਪ੍ਰੀਜ਼ਰਵ ਹੋ ਜਾਂਦੇ ਹਨ। ਫਿਰ ਇਸ ਨੂੰ ਲਿਕੁਇਡ ਨਾਈਟ੍ਰੋਜਨ ਜਿਹਦਾ ਟੈਂਪਰੇਚਰ ਬਹੁਤ ਹੀ ਲੋਅ ਹੁੰਦਾ ਹੈ, ਜਿਹਨੂੰ ਅਸੀਂ -196 ਡਿਗਰੀ ਤੱਕ ਜਿਹੜਾ ਟੈਂਪਰੇਚਰ ਹੁੰਦਾ ਹੈ ਜਿਹਦੇ ਵਿੱਚ ਐਮਬਰੀਓਜ਼ ਹਮੇਸ਼ਾ ਲਈ ਪ੍ਰੀਜ਼ਰਵਡ ਰਹਿੰਦੇ ਹਨ। ਇਹ ਇੱਕ ਚਮਤਕਾਰ ਤੋਂ ਘੱਟ ਨਹੀਂ ਹੈ ਕਿਉਂਕਿ ਐਮਬਰੀਓਜ਼ ਜਿਹੜੇ ਹੈਗੇ ਆ ਉਹ ਬੜੇ ਅਲੱਗ ਅਲੱਗ ਤਰੀਕਿਆਂ ਨਾਲ ਫਰੀਜ਼ਿੰਗ ਦੀ ਉਹ ਜਿਹੜੀ ਹੈਗੀ ਓਪਰਚੁਨਿਟੀ ਨੂੰ ਯੂਜ਼ ਕਰ ਸਕਦੇ ਹਨ। ਪਹਿਲੀ ਇਹ ਹੈ ਕਿ ਇਹ ਇੱਕ ਲਾਈਫ ਸੇਵਿੰਗ ਪ੍ਰੋਸੀਜਰ ਹੈ। ਪੁਰਾਣੇ ਟਾਈਮ ਵਿੱਚ OHSS ਹੋਣ ਦਾ ਬਹੁਤ ਡਰ ਰਹਿੰਦਾ ਸੀ। OHSS ਯਾਨੀ ਕੋਈ ਵੀ ਲੇਡੀ ਜਿਹਦੇ ਬਹੁਤ ਜ਼ਿਆਦਾ ਐੱਗ ਬਣ ਰਹੇ ਹੈ, ਜਦੋਂ ਉਹਦੇ ਐੱਗ ਕੱਢ ਕੇ ਐਮਬਰੀਓ ਬਣਾ ਕੇ ਜਦੋਂ ਬੱਚੇਦਾਨੀ ਵਿੱਚ ਵਾਪਸ ਪਾਏ ਜਾਂਦੇ ਸਨ ਅਤੇ ਜੇ ਉਹ ਲੇਡੀ ਪ੍ਰੈਗਨੈਂਟ ਹੋ ਜਾਂਦੀ ਸੀ ਤਾਂ ਉਹਦੇ ਪੇਟ ਵਿੱਚ ਬਹੁਤ ਸਾਰਾ ਪਾਣੀ ਭਰ ਜਾਂਦਾ ਸੀ ਅਤੇ ਇਹ ਇੱਕ ਤਰ੍ਹਾਂ ਦੀ ਜਾਨਲੇਵਾ ਪ੍ਰੋਬਲਮ ਸ਼ੁਰੂ ਹੋ ਜਾਂਦੀ ਸੀ। ICU ਵਿੱਚ ਸਟੇਅ ਰਹਿਣਾ ਪੈਂਦਾ ਸੀ, ਲੰਗਸ ਵਿੱਚ ਪਾਣੀ ਭਰ ਸਕਦਾ ਸੀ ਔਰ ਸਾਹ ਲੈਣ ਦੀ ਤਕਲੀਫ ਹੋ ਸਕਦੀ ਸੀ ਅਤੇ ਬਹੁਤ ਜ਼ਿਆਦਾ ਲਾਈਫ ਨੂੰ ਰਿਸਕ ਹੁੰਦਾ ਸੀ। ਪਰ ਹੁਣ ਦੇ ਟਾਈਮ ਵਿੱਚ ਅਸੀਂ ਇਸ ਤਰ੍ਹਾਂ ਦੀ ਨੌਬਤ ਆਉਣ ਹੀ ਨਹੀਂ ਦਿੰਦੇ। OHSS ਤੋਂ ਬਚਾਉਣ ਲਈ ਅਸੀਂ ਪਹਿਲੇ ਸਾਰੇ ਐਮਬਰੀਓਜ਼ ਫਰੀਜ਼ ਕਰ ਲੈਂਦੇ ਹਾਂ, ਫਿਰ ਉਸ ਤੋਂ ਬਾਅਦ ਅਗਲੇ ਸਾਈਕਲ ਵਿੱਚ ਦੁਬਾਰਾ ਐਮਬਰੀਓਜ਼ ਪਾਏ ਜਾਂਦੇ ਹਨ ਔਰ ਇਹ ਪੇਟ ਵਿੱਚ ਪਾਣੀ ਭਰਨ ਦੀ ਦਿੱਕਤ ਦਾ ਹੁਣ ਇੰਸੀਡੈਂਸ ਬਿਲਕੁਲ 0% ਹੋ ਗਿਆ ਹੈ। ਹੋਰ ਜਿਹੜੀਆਂ ਚੀਜ਼ਾਂ ਜਿਨ੍ਹਾਂ ਕਰਕੇ ਫਰੀਜ਼ਿੰਗ ਕੀਤੀ ਜਾ ਸਕਦੀ ਹੈ, ਕੁਝ ਪੇਸ਼ੈਂਟਸ ਹੁੰਦੇ ਆ ਜਿਨ੍ਹਾਂ ਦੇ ਪਹਿਲੇ ਇੱਕ ਬੱਚਾ ਹੁੰਦਾ ਅਤੇ ਉਹ ਚਾਹੁੰਦੇ ਆ ਕਿ 2-2 ਐਮਬਰੀਓਜ਼ ਨਾ ਪਾਏ ਜਾਣ। ਹੁਣ ਜੇ ਐਮਬਰੀਓਜ਼ ਜ਼ਿਆਦਾ ਬਣ ਜਾਣ ਤਾਂ ਬਾਕੀ ਦੇ ਐਮਬਰੀਓਜ਼ ਦਾ ਕੀ ਕੀਤਾ ਜਾਏ? ਜੇ ਫਰੀਜ਼ ਕਰ ਲਏ ਜਾਣ ਤਾਂ ਜਿਹੜਾ ਅਸੀਂ ਇੰਨੇ ਸਾਰੇ ਟੀਕੇ ਲਗਾ ਕੇ ਐੱਗ ਬਣਾਉਂਦੇ ਹਾਂ ਉਹ ਜਿਹੜੀ ਹੈਗੀ ਆ ਜਿਹੜੀ ਸਾਰੀ ਪ੍ਰੋਸੀਜਰ ਆ ਦੁਬਾਰਾ ਨਹੀਂ ਕਰਨਾ ਪੈਂਦਾ। ਐਮਬਰੀਓਜ਼ ਵੱਖਰੇ ਵੱਖਰੇ ਫਰੀਜ਼ ਕੀਤੇ ਜਾ ਸਕਦੇ ਆ ਔਰ ਫਿਰ ਵੱਖਰੇ ਵੱਖਰੇ ਸਾਈਕਲ ਵਿੱਚ ਟ੍ਰਾਂਸਫਰ ਕੀਤੇ ਜਾ ਸਕਦੇ। ਕੁਝ ਪੇਸ਼ੈਂਟਸ ਸੈਕਿੰਡ ਬੇਬੀ ਵੀ ਇਸੇ ਟੈਕਨੀਕ ਤੋਂ ਲੈ ਸਕਦੇ। ਉਸ ਤੋਂ ਇਲਾਵਾ ਜੇ ਬੱਚੇਦਾਨੀ ਦੀ ਲਾਈਨਿੰਗ ਫਿੱਟ ਨਾ ਹੋਵੇ ਜਾਂ ਕੋਈ ਸੋਸ਼ਲ ਪ੍ਰੋਬਲਮ ਹੋ ਜਾਏ ਜਿਹਦੇ ਕਰਕੇ ਪੇਸ਼ੈਂਟ ਟ੍ਰਾਂਸਫਰ ਕਰਾਉਣ ਲਈ ਨਹੀਂ ਆ ਸਕਦਾ ਤਾਂ ਐਮਬਰੀਓਜ਼ ਫਰੀਜ਼ ਕੀਤੇ ਜਾ ਸਕਦੇ ਆ, ਅਗਲੇ ਸਾਈਕਲ ਵਿੱਚ ਟ੍ਰਾਂਸਫਰ ਕੀਤੇ ਜਾ ਸਕਦੇ। ਹੁਣ ਬਹੁਤ ਸਾਰੇ ਪੇਸ਼ੈਂਟ ਸਾਡੇ ਕੋਲੋਂ ਸਵਾਲ ਪੁੱਛਦੇ ਆ ਕਿ ਮੈਮ ਕੀ ਫਰੀਜ਼ਿੰਗ ਜਿਹੜੀ ਹੈਗੀ ਹੈ ਉਹ ਸਾਡੇ ਬੱਚਿਆਂ 'ਤੇ ਉਹਦਾ ਕੋਈ ਲੌਂਗ ਟਰਮ ਇੰਪਲੀਕੇਸ਼ਨਸ ਤਾਂ ਨਹੀਂ? ਬਹੁਤ ਸਾਰੀਆਂ ਸਟੱਡੀਜ਼ ਵੀ ਇਹਦੇ ਉੱਤੇ ਛਪਦੀਆਂ ਰਹਿੰਦੀਆਂ ਕਿਉਂਕਿ ਸਾਇੰਸ ਜਾਂ ਲਿਟਰੇਚਰ ਜਿਹੜਾ ਹੈਗਾ ਉਹਦੇ ਵਿੱਚ ਵੀ ਇਸ ਚੀਜ਼ ਦਾ ਥੋੜ੍ਹਾ ਡਾਊਟ ਰਹਿੰਦਾ ਹੈ ਕਿ ਫਰੀਜ਼ਿੰਗ ਨਾਲ ਕੀ ਐਮਬਰੀਓਜ਼ ਦੇ ਲੌਂਗ ਟਰਮ ਆਊਟਕਮ ਜਿੱਦਾਂ ਬੱਚਿਆਂ ਦੇ ਉੱਤੇ ਕੋਈ ਅਸਰ ਤਾਂ ਨਹੀਂ ਹੁੰਦਾ? ਕੁਝ ਬਹੁਤ ਜ਼ਿਆਦਾ ਡੈਮੇਜਿੰਗ ਇਫੈਕਟਸ ਤਾਂ ਨਹੀਂ ਸਾਹਮਣੇ ਆਏ ਹਨ, ਪਰ ਇਹ ਕਿ ਜਿਹੜੇ ਫਰੋਜ਼ਨ ਐਮਬਰੀਓ ਟ੍ਰਾਂਸਫਰ ਦੇ ਬੱਚੇ ਹੁੰਦੇ ਹਨ ਉਹ ਦੂਸਰੇ ਬੱਚਿਆਂ ਤੋਂ ਥੋੜ੍ਹੇ ਜਿਹੇ ਭਾਰੀ ਹੁੰਦੇ ਹਨ, ਉਹਨਾਂ ਦਾ ਵੇਟ ਥੋੜ੍ਹਾ ਜਿਹਾ ਜ਼ਿਆਦਾ ਹੁੰਦਾ, ਇਹ ਜੋ ਲੇਟੈਸਟ ਸਟੱਡੀਜ਼ ਤੋਂ ਸਾਹਮਣੇ ਆਇਆ ਹੈ। ਪਰ ਅਸੀਂ ਹਮੇਸ਼ਾ ਬੈਲੈਂਸ ਬਣਾ ਕੇ ਰੱਖਣਾ ਹੈ ਕਿ ਕੀ ਫਰੀਜ਼ਿੰਗ ਕਰਨ ਦਾ ਫਾਇਦਾ ਹੈ ਜਾਂ ਕੀ, ਕੋਈ ਫਰੀਜ਼ਿੰਗ ਸ਼ੌਕੀਆ ਨਹੀਂ ਕਰਨੀ ਚਾਹੀਦੀ ਜਾਂ ਇਸ ਤਰ੍ਹਾਂ ਫਰੀਜ਼ਿੰਗ ਬਾਏ ਚੋਇਸ ਨਹੀਂ ਹੁੰਦੀ, ਇਲੈਕਟਿਵ ਨਹੀਂ ਹੁੰਦੀ। ਫਰੀਜ਼ਿੰਗ ਹਮੇਸ਼ਾ ਕਿਸੇ ਨਾ ਕਿਸੇ ਰੀਜ਼ਨ ਜਾਂ ਮਜਬੂਰੀ ਕਰਕੇ ਹੀ ਕੀਤੀ ਜਾਂਦੀ ਹੈ ਔਰ ਫਿਰ ਅਸੀਂ ਉਹਨਾਂ ਨੂੰ ਬੈਲੈਂਸ ਕਰ ਲੈਂਦੇ ਹਾਂ, ਵੇਅ ਕਰ ਲੈਂਦੇ ਹਾਂ ਕਿ ਫਾਇਦਾ ਕਿਸ ਵਿੱਚ ਕੀ ਚੀਜ਼ ਵਿੱਚ ਜ਼ਿਆਦਾ ਹੈ। ਜਸਟ ਫਰੀਜ਼ਿੰਗ ਕਰਨ ਲਈ ਫਰੀਜ਼ਿੰਗ ਤਾਂ ਨਹੀਂ ਹੁੰਦੀ, ਪਰ ਜਦੋਂ ਫਰੀਜ਼ਿੰਗ ਦੀ ਇੰਡੀਕੇਸ਼ਨ ਹੁੰਦੀ ਹੈ ਤਾਂ ਜੇ ਐਮਬਰੀਓਜ਼ ਫਰੀਜ਼ ਕੀਤੇ ਜਾਂਦੇ ਆ ਤਾਂ ਉਹਦੇ ਵਿੱਚ ਪੇਸ਼ੈਂਟ ਦਾ ਫਾਇਦਾ ਹੁੰਦਾ ਹੈ ਤਾਂ ਉਹ ਬੈਲੈਂਸ ਹੋ ਸਕਦਾ ਹੈ। ਉਸ ਤੋਂ ਇਲਾਵਾ ਇੱਕ ਹੋਰ ਚੀਜ਼ ਸਮਝਣੀ ਹੈ ਕਿ ਫਰੀਜ਼ਿੰਗ ਜਦੋਂ ਵੀ ਹੁੰਦੀ ਹੈ ਉਹਦੇ ਨਾਲ ਕੰਸੈਂਟ ਫੋਰਮਸ
ਸਾਈਨ ਹੁੰਦੇ ਹਨ। ਕੰਸੈਂਟ ਫਾਰਮਸ ਦੇ ਉੱਤੇ ਆਮ ਕਰਕੇ ਪਹਿਲੇ ਟਾਈਮਸ ਵਿੱਚ ਤਿੰਨ ਆਪਸ਼ਨ ਹੁੰਦੀਆਂ ਸੀ ਕਿ ਜੇ ਅਸੀਂ ਇਹ ਆਪਣੇ ਫਰੋਜ਼ਨ ਐਮਬਰੀਓਜ਼ ਨਹੀਂ ਯੂਜ਼ ਕਰਦੇ ਤਾਂ ਇਹਨਾਂ ਦਾ ਕੀ ਕੀਤਾ ਜਾਏ। ਪਹਿਲੀ ਆਪਸ਼ਨ ਹੁੰਦੀ ਹੈ ਕਿ ਇਹਨਾਂ ਨੂੰ ਡਿਸਕਾਰਡ ਕਰ ਦਿੱਤਾ ਜਾਏ ਜਾਂ ਇਹਨਾਂ ਨੂੰ ਕਿਸੇ ਨੂੰ ਵੀ ਯੂਜ਼ ਕਰਨ ਲਈ ਨਹੀਂ ਦਿੱਤਾ ਜਾਏ। ਦੂਸਰੀ ਆਪਸ਼ਨ ਹੁੰਦੀ ਹੈ ਕਿ ਇਹ ਜਿਹੜੇ ਐਮਬਰੀਓਜ਼ ਨੇ ਇਹਨਾਂ ਨੂੰ ਕਿਸੇ ਨੂੰ ਡੋਨੇਟ ਕਰ ਦਿੱਤਾ ਜਾਏ, ਅਤੇ ਤੀਸਰੀ ਆਪਸ਼ਨ ਹੁੰਦੀ ਹੈ ਕਿ ਇਹਨਾਂ ਨੂੰ ਰਿਸਰਚ ਪਰਪਸਿਸ ਲਈ ਯੂਜ਼ ਕਰ ਲਿਆ ਜਾਏ। ਪਰ ਆਮ ਜਿਹੜੇ IVF ਸੈਂਟਰਸ ਨੇ ਉਹਨਾਂ ਵਿੱਚ ਹੁਣ ਅੱਜ ਕੱਲ੍ਹ ਦੀਆਂ ICMR ਗਾਈਡਲਾਈਨਸ ਦੇ ਹਿਸਾਬ ਨਾਲ ਸਿਰਫ ਇੱਕੋ ਹੀ ਆਪਸ਼ਨ ਅਵੇਲੇਬਲ ਹੈ, ਉਹ ਹੈ ਕਿ ਇਹਨਾਂ ਨੂੰ ਡਿਸਕਾਰਡ ਕਰ ਦਿੱਤਾ ਜਾਵੇ। ਡੋਨੇਸ਼ਨ ਦੀ ਪੋਸੀਬਿਲਿਟੀ ਹੁਣ ਖਤਮ ਹੋ ਗਈ ਹੈ। ਬਹੁਤ ਪੇਸ਼ੈਂਟਸ ਚਾਹੁੰਦੇ ਹੁੰਦੇ ਕਿ ਸਾਡੇ ਜੇ ਐਮਬਰੀਓਜ਼ ਯੂਜ਼ ਨਹੀਂ ਹੋ ਰਹੇ ਤਾਂ ਤੁਸੀਂ ਕਿਸੇ ਨੂੰ ਡੋਨੇਟ ਕਰ ਦਿਓ, ਪਰ ਇਹਦੇ ਵਿੱਚ ਸਮਝਣ ਦੀ ਗੱਲ ਇਹ ਹੈ ਕਿ ਇਹ ਕਿਸੇ ਨੂੰ ਡੋਨੇਟ ਕਰ ਦਿੱਤੇ ਜਾਣ ਤਾਂ ਫਿਰ ਇੱਦਾਂ ਦੇ ਬੱਚੇ ਆਪਸ ਵਿੱਚ ਸਿਬਲਿੰਗਸ ਹੋਣਗੇ ਜਿਨ੍ਹਾਂ ਨੂੰ ਪਤਾ ਨਹੀਂ ਹੋਏਗਾ ਕਿ ਉਹ ਆਪਸ ਵਿੱਚ ਭਰਾ ਭੈਣ ਹਨ, ਅਤੇ ਇਹ ਆਪਸ਼ਨ ਕੋਈ ਬਹੁਤ ਵਧੀਆ ਨਹੀਂ ਹੈ। ਸੋ ICMR ਗਾਈਡਲਾਈਨਸ ਦੇ ਹਿਸਾਬ ਨਾਲ ਹੁਣ ਇਹ ਤੀਸਰੀ ਜਿਹੜੀ ਆਪਸ਼ਨ ਹੈ ਇਹ ਹਟਾ ਦਿੱਤੀ ਗਈ ਹੈ। ਕੋਈ ਰਿਸਰਚ ਇੰਸਟੀਟਿਊਟ ਹੈ ਤਾਂ ਉਹ ਰਿਸਰਚ ਲਈ ਐਮਬਰੀਓਜ਼ ਨੂੰ ਯੂਜ਼ ਕਰ ਸਕਦਾ, ਪਰ ਜਿਹੜਾ ਇੰਸਟੀਟਿਊਟ ਰਿਸਰਚ ਨਹੀਂ ਹੈ ਉਹ ਇਹਨਾਂ ਐਮਬਰੀਓਜ਼ ਨੂੰ ਸਿਰਫ ਡਿਸਕਾਰਡ ਹੀ ਕਰ ਸਕਦਾ। ਜਦੋਂ ਇੱਕ ਵਾਰ ਪੇਸ਼ੈਂਟਸ ਦੇ ਬੇਬੀਜ਼ ਹੋ ਜਾਂਦੇ ਹੈ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਫਰੋਜ਼ਨ ਐਮਬਰੀਓਜ਼ ਵਿੱਚ ਕੋਈ ਖਾਸ ਇੰਟਰਸਟ ਨਹੀਂ ਰਹਿੰਦਾ, ਔਰ IVF ਲੈਬ ਵਿੱਚ ਬਹੁਤ ਸਾਰੇ ਐਮਬਰੀਓਜ਼ ਪਏ ਰਹਿੰਦੇ ਹੈ ਜਿਹੜੇ ਕਿਸੇ ਕੰਮ ਦੇ ਨਹੀਂ ਹੁੰਦੇ। ਤਾਂ ਫਿਰ ਉਹਦੇ ਵਿੱਚ ਚਿੱਠੀਆਂ ਭੇਜੀਆਂ ਜਾਂਦੀਆਂ ਹਨ ਪੇਸ਼ੈਂਟਸ ਨੂੰ ਕਿ ਤੁਸੀਂ ਇਹਨਾਂ ਦਾ ਕੀ ਕਰਨਾ ਚਾਹੁੰਦੇ ਹੋ, ਤਾਂ ਉਹ ਜੇ ਜਵਾਬ ਨਹੀਂ ਦਿੰਦੇ ਹਨ ਤਾਂ ਤਿੰਨ ਚਿੱਠੀਆਂ ਤੋਂ ਬਾਅਦ ਇਹ ਐਮਬਰੀਓਜ਼ ਆਪਣੇ ਆਪ ਹੀ ਡਿਸਕਾਰਡ ਕਰ ਦਿੱਤੇ ਜਾਂਦੇ ਹਨ। ਜਿਹੜੇ ਵੀ ਪੇਸ਼ੈਂਟਸ ਨੂੰ ਆਪਣੇ ਬਚੇ ਹੋਏ ਐਮਬਰੀਓਜ਼ IVF ਲੈਬ ਵਿੱਚ ਇੰਟਰਸਟ ਹੁੰਦਾ ਹੈ ਉਹਨਾਂ ਨੂੰ ਆਈਡੀਲੀ ਉਹਨਾਂ ਦੀ ਪੇਮੈਂਟ ਕਰਾਉਂਦੇ ਰਹਿਣਾ ਚਾਹੀਦਾ ਹੈ, ਅਤੇ ਸੈਂਟਰ ਨਾਲ ਰਾਬਤਾ ਦਾਫਤਾ ਬਣਾ ਕੇ ਰੱਖਣਾ ਚਾਹੀਦਾ ਹੈ ਕਿ ਅਸੀਂ ਇੰਨੇ ਸਾਲਾਂ ਬਾਅਦ ਦੁਬਾਰਾ ਇਹਨਾਂ ਨੂੰ ਯੂਜ਼ ਕਰਾਂਗੇ। ਉਸ ਤੋਂ ਇਲਾਵਾ ਫਰੋਜ਼ਨ ਐਮਬਰੀਓ ਟ੍ਰਾਂਸਫਰ ਦੀਆਂ ਕੋਈ ਖਾਸ ਜਿਹੜੀਆਂ ਹੈਗੀਆਂ ਪ੍ਰੋਬਲਮਸ ਨਹੀਂ ਹੈ, ਇਹ ਇੱਕ ਬਹੁਤ ਵਧੀਆ ਟੈਕਨੀਕ ਹੈ, ਜਦੋਂ ਲੋੜ ਪਏ ਉਦੋਂ ਇਹਨਾਂ ਦੀ ਯੂਜ਼ ਕਰਨੀ ਚਾਹੀਦੀ। ਆਈ ਹੋਪ ਕਿ ਇਹ ਵੀਡੀਓ ਨਾਲ ਕੁਝ ਜਨਰਲ ਇਨਫੋਰਮੇਸ਼ਨ ਜਿਹੜੀ ਹੈਗੀ ਆ ਮਿਲੀ ਹੋਏਗੀ। ਤੁਹਾਡਾ ਬਹੁਤ ਬਹੁਤ